ਪਗਮਾ ਚੋਲਾ ਪਹਿਨਣ ਵਾਲੇ ਨੂੰ ਸਮਾਜ ਵਿੱਚ ਸਤਿਕਾਰ ਨਾਲ ਦੇਖਿਆ ਜਾਂਦਾ ਹੈ, ਪਰ ਇੱਕ ਪਾਸੇ ਕੁਝ ਲੋਕ ਦਿਖਾਵਾ ਕਰਦੇ ਹੋਏ ਪਗਮੇ ਕੱਪੜੇ ਪਾ ਕੇ ਧਰਮ ਅਤੇ ਪਹਿਰਾਵੇ ਦਾ ਅਪਮਾਨ ਕਰਦੇ ਹਨ। ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦਾ ਇੱਕ ਪਖੰਡੀ ਬਾਬਾ ਜੋ ਕਿ ਮੁਹੱਲਾ ਬੇਦੀਆ ਦਾ ਵਸਨੀਕ ਹੈ, ਜੋ ਕਿ ਮੀਟ ਦੀ ਦੁਕਾਨ ਤੋਂ ਮੱਛੀ ਲੈਂਦਿਆਂ ਹੋਇਆ ਫੜਿਆ ਗਿਆ। ਜਾਂਚ ਕਰਨ ਤੇ ਪਤਾ ਲੱਗਾ ਕਿ ਇਸ ਬਾਬੇ ਨੇ ਉਸ ਸਮੇਂ ਸ਼ਰਾਬ ਵੀ ਪੀਤੀ ਹੋਈ ਸੀ। ਧਰਮ ਦੀ ਬੇਅਦਬੀ ਕਰਨ ਵਾਲੇ ਇਸ ਬਾਬੇ ਦਾ ਕੇਸਰੀ ਚੋਲਾ ਉਤਰਾ ਕੇ ਅਤੇ ਦੁਬਾਰਾ ਚੋਲਾ ਨਾ ਪਾਉਣ ਦੀ ਚੇਤਾਵਨੀ ਦੇ ਕੇ ਉਸ ਨੂੰ ਛੱਡ ਦਿੱਤਾ ਗਿਆ। ਥੋੜੀ ਦੇਰ ਪਹਿਲੇ ਹੁਣੇ ਰਿਪੋਰਟ ਮਿਲੀ ਸੀਗੀ ਆਪਣੇ ਭਰਾ ਸੰਨੀ ਦੀ, ਉਹ ਇਹਨੇ ਬੰਦਾ ਬਾਬਾ ਦੇ ਚੋਲੇ 'ਚ ਦੇਖਿਆ ਸੀਗਾ ਬੰਦੇ ਨੂੰ, ਮੀਟ ਵਾਲੀ ਦੁਕਾਨ ਦੇ ਉੱਤੇ ਮੀਟ ਲੈ ਗਿਆ। ਮੈਂ ਹੁਣ ਇਹਨੂੰ ਕਿਹਾ ਹੈ ਕਿ ਉਸ ਬੰਦੇ ਨੂੰ ਜਿਹੜਾ ਥਾਣੇ ਲੈ ਗਿਆ ਉਹ ਮੈਂ ਥਾਣੇ ਬੈਠਾ। ਹੁਣ ਇਸ ਬੰਦੇ ਦਾ ਜਿਹੜਾ ਵਾ ਪੂਰਾ ਡਾਟਾ ਕਢਾਇਆ ਜਾਏਗਾ, ਕਿਉਂਕਿ ਇਹਨਾਂ ਬੰਦਿਆਂ ਦਾ ਜਿਹੜਾ ਵਾ ਭੇਸ ਜਿਹੜਾ ਬੰਦਿਆ ਇਹਦਾ ਪੂਰਾ ਡਾਟਾ ਕਢਾਇਆ ਜਾਏਗਾ। ਹੁਣ ਇਹਦੇ ਜਿਹੜਾ ਚੋਲਾ ਵਾ ਇੱਥੇ ਉਤਾਰਿਆ ਜਾਏਗਾ ਔਰ ਇਹਦਾ ਜਿਹੜਾ ਵਾ ਅਸੀਂ ਵਾਇਰਲ ਕਰਾਂਗੇ, ਇਸ ਬੰਦੇ ਨੂੰ ਜਿੱਥੇ ਵੀ ਮਿਲਦਾ ਇਹਦੇ ਪਹਿਲੇ ਪ੍ਰਸ਼ਾਸਨ ਦੇ ਅੱਗੇ ਕਾਰਵਾਈ ਕਰਾਵਾਂਗੇ। ਪ੍ਰਧਾਨ ਜੀ ਜਿਸ ਤਰ੍ਹਾਂ ਕਹਿ ਰਹੇ ਕਿ ਮੇਰੇ ਸੱਟ ਲੱਗੀ ਹੈ, ਕਿਉਂਕਿ ਹਿੰਦੂ ਧਰਮ ਨੂੰ ਲੋਕਾਂ ਨੇ ਜਿਹੜਾ ਵਾ ਮਜ਼ਾਕ ਬਣਾ ਕੇ ਰੱਖਿਆ ਹੋਇਆ। ਜਿੰਨੀ ਦੇਰ ਤੱਕ ਇਹੋ ਜਿਹੇ ਲੋਕਾਂ ਨੂੰ ਅਸੀਂ ਪਰਦਾ ਫਾਸ਼ ਨਾ ਕਰਾਂਗੇ, ਬਿਲਕੁਲ ਸਹੀ ਗੱਲ, ਇਹੋ ਜਿਹੇ ਲੋਕਾਂ ਨੂੰ ਜਿਹੜਾ ਵਾ ਸੱਟ ਨੂੰ ਕੀ ਜਿਹੜੀ ਆਪਸ਼ਨ ਦੇਣ ਦੇ ਕਾਰਨ ਦੇਣ ਦੇ ਕੀ ਜਾਇਜ਼ ਲੱਗਦਾ ਤੁਹਾਨੂੰ? ਬਿਲਕੁਲ ਗਲਤ ਕਾਰਨ ਹੈ, ਜੇ ਸੱਟ ਲੱਗੀ ਹੈ ਡਾਕਟਰ ਕੋਲ ਦਵਾਈਆਂ ਖਾਣ, ਡਾਕਟਰ ਕੋਲ ਜਾਣ। ਇਹ ਮੀਟ ਮੱਛੀ ਲੈ ਕੇ ਜਿਹੜਾ ਭਗਵੇ ਦੇ ਵਿੱਚ ਚੋਲੇ ਦੇ ਵਿੱਚ ਜਿਹੜੀ ਹਿੰਦੂ ਧਰਮ ਦੀ ਬੇਅਦਬੀ ਕਰ ਰਹੇ ਨੇ, ਇਹਨਾਂ ਨੂੰ ਜਿਹੜਾ ਬਖਸ਼ਿਆ ਨਹੀਂ ਜਾਏਗਾ। ਭਗਵਾ ਚੋਲਾ ਪਾ ਕੇ ਤੁਸੀਂ ਏਦਾਂ ਦਾ ਅਧਰਮੀ ਕੰਮ ਕਰ ਰਹੇ ਹੋ, ਸਨਾਤਵੀ ਹੋ ਤੁਸੀਂ, ਸਨਾਤਵੀ ਹੋਣ ਦੇ ਨਾਤੇ ਤੁਹਾਡਾ ਫਰਜ਼ ਨਹੀਂ ਬਣਦਾ? ਜੇ ਕਰਨਾ ਵੀ ਸੀ ਤਾਂ ਤੁਸੀਂ ਭਗਵਾ ਚੋਲਾ ਲਾਂਦੇ ਉਦੋਂ, ਕੀ ਗਲਤੀ ਤੇ ਗੁਨਾਹ ਦੇ ਵਿੱਚ ਫਰਕ ਨਹੀਂ ਲੱਭਦਾ? ਕੀ ਗਲਤੀ ਨਾ ਕਰਾਂਗੇ ਦੁਬਾਰਾ? ਕੀ ਭਗਵਾ ਉਤਾਰ ਦੋਗੇ ਹੁਣ ਤੁਸੀਂ ਅੱਜ ਮੱਛੀ ਫੜੀ ਆ ਤੁਸੀਂ? ਨਹੀਂ ਨਹੀਂ ਭਗਵਾ ਅਸੀਂ ਆਪ ਲਵਾਵਾਂਗੇ। ਆ ਬੰਦ ਤੁਸੀਂ ਲੈਣਾ, ਤੁਸੀਂ ਆਪ ਲੈਣਾ ਉਥੋਂ। ਕੁਲਦੀਪ ਹੈ ਜੀ, ਕੁਲਦੀਪ ਤੇ ਇਹੋ ਜਿਹਾ ਕੰਮ ਕਿੱਥੋਂ ਚੱਲ ਰਿਹਾ? ਦਰਦ ਹੋਈ ਮੈਂ ਤੁਹਾਨੂੰ ਦੱਸ ਰਿਹਾ ਬਾਬਾ, ਕਿਹੜੇ ਪੰਥ ਲਾਇਆ ਹੋਇਆ ਤੁਸੀਂ? ਨਾਨਾ ਲਾਂਦਾ ਪੈਗ ਲਾਇਆ ਹੋਇਆ ਤੁਸੀਂ? ਲਾਇਆ ਪੈਗ, ਤੁਹਾਡੇ ਮੂੰਹ ਚ ਸਮੈਲ ਆ ਰਹੀ ਹੈ, ਪੈਗ ਲਗਾਇਆ ਸਾਹਿਬ ਜੀ? ਦੇਖੋ ਬਾਬੇ ਨੇ ਪੈਗ ਵੀ ਲਗਾਇਆ, ਜਿੱਥੇ ਤਾਂ ਕਹਿ ਰਹੇ ਸੱਟ ਦੇ ਸੱਟ ਲੱਗਣ ਦੇ ਕਰਕੇ ਮੈਨੂੰ ਮੱਛੀ ਦਾ ਮੂੰਹ ਦੱਸਿਆ ਹੋਇਆ, ਇਹਨੂੰ ਪੈਗ ਵੀ ਦੱਸਿਆ ਹੋਇਆ? ਇਹ ਚੋਲੇ ਦੇ ਵਿੱਚ ਪੈ ਕੇ ਪੈਗ ਲਗਾ ਰਿਹਾ, ਮੱਛੀਆਂ ਖਾ ਰਿਹਾ, ਮੀਟ ਮੱਛੀ ਖਾ ਰਿਹਾ, ਇਹਨੂੰ ਇਹਨੂੰ ਕੌਣ ਇਹੋ ਜੀ ਦਿੰਦਾ? ਕਿਹਨੂੰ ਇਹਨੂੰ ਚੋਲਾ ਪਵਾਇਆ? ਕਿਹਨੇ ਹੈ ਇਹਨੂੰ ਪੁੱਛਿਆ ਜਾਏਗਾ ਇਹਨੂੰ ਕਿਹਨੇ ਚੋਲਾ ਪਵਾਇਆ ਵੇਲੇ? ਬਾਬਾ ਕਿਹੜੇ ਪੰਥ ਤੋਂ ਤੁਸੀਂ? ਕਿਹੜੇ ਪੰਥ ਤੋਂ? ਕਿਹੜੇ ਗੁਰੂ ਦੇ ਚੇਲੇ ਹੋ ਦੱਸੋ? ਐ ਤਾਂ ਫਿਰ ਵੀ ਗਸਾਈ ਗਸਾਈ ਹੈ ਜੀ। ਗਸਾਈ ਉਹ ਕੀ ਏਦਾਂ ਦੀ ਸਿੱਖਿਆ ਮਿਲਦੀ ਹੈ ਉਹਦੇ ਚ ਵੀ? ਗ੍ਰਸਤੀ ਹੈ ਜੀ, ਵਲ ਵਚਨ ਦਾ। ਤੇ ਭਗਵਾ ਤੁਸੀਂ ਪਾਇਆ ਕੀ ਲੱਗਦਾ ਹੈ ਕਿ ਭਗਵਾ ਪਾਉਣ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਕਿ ਸਾਧੂ ਨੂੰ? ਚਲੋ ਸਾਹਿਬ ਜੀ, ਨਹੀਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਅਸੀਂ ਆਹ ਪੁੱਛ ਰਹੇ ਕਰਨਾ ਚਾਹੀਦਾ ਜਾਂ ਨਹੀਂ? ਚਲੋ ਦੇਖੋ, ਇਹੋ ਜਿਹੀ ਹਰਕਤ ਕਿ ਹੋਰ ਧਰਮ ਦੇ ਵਿੱਚ ਹੁੰਦੀ? ਇਸ ਵੇਲੇ ਉਸ ਬੰਦੇ ਦੀ ਇੰਨੀ ਕਟਾਈ ਹੋ ਚੁੱਕੀ ਹੋਣੀ ਕਿ ਉਸ ਬੰਦੇ ਨੂੰ ਪੁੱਛ। ਪਰ ਹਿੰਦੂ ਧਰਮ ਜਿਹੜਾ ਵਾ ਸਹਿਣਸ਼ੀਲਤਾ ਦੀ ਬਾਰ ਬਾਰ ਇਹ ਕਹਿੰਦੇ ਮੰਨਿਆ ਜਾਂਦਾ, ਉਹਦੇ ਕਰਕੇ ਵੇਖੋ ਉਹਦੀ ਆੜ ਦੇ ਵਿੱਚ ਇਹ ਲੋਕੀ ਜਿਹੜਾ ਵਾ ਉਹਦਾ ਫਾਇਦਾ ਲੈ ਰਹੇ ਨੇ। अपनी फैमिली की हेल्थ से नो कॉम्प्रोमाइज, पिए सिर्फ साफ सुथरा और केमिकल अशुद्धियों से मुक्त पानी। समर्थ आरो वाटर प्योरिफायर, शुद्ध पियो स्वस्थ जियो।